ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਐਮਪੀ ਸਨੀ ਦਿਓਲ ਅਕਸਰ ਹੀ ਵਿਵਾਦਾਂ ਵਿੱਚ ਰਹਿੰਦੇ ਹਨ। ਅੱਜ ਗੁਰਦਾਸਪੁਰ ਸ਼ਹਿਰ ਅੰਦਰ ਵੱਡੀ ਗਿਣਤੀ ਵਿੱਚ ਇਕੱਤਰ ਹੋਏ ਨੌਜਵਾਨਾਂ ਨੇ ਸਨੀ ਦਿਓਲ ਦੇ ਗੁੰਮਸ਼ੁਦਗੀ ਦੇ ਪੋਸਟਰ ਫੜ ਕੇ ਸ਼ਹਿਰ ਅੰਦਰ ਰੋਸ ਮਾਰਚ ਕਰਕੇ ਸ਼ਹਿਰ ਅੰਦਰ ਗੁੰਮਸ਼ੁਦਗੀ ਦੇ ਪੋਸਟਰ ਚਿਪਕਾਏ। ਇਸ ਮੌਕੇ ਨੌਜਵਾਨਾਂ ਨੇ ਦੋਸ਼ ਲਗਾਏ ਕਿ ਸਾਂਸਦ ਸਨੀ ਦਿਓਲ ਨੇ ਪਿਛਲੇ ਲੰਬੇ ਸਮੇਂ ਤੋਂ ਗੁਰਦਾਸਪੁਰ ਹਲਕੇ ਦੇ ਲੋਕਾਂ ਦੀ ਸਾਰ ਨਹੀਂ ਲਈ ਅਤੇ ਨਾ ਹੀ ਕੋਰੋਨਾ ਮਹਾਮਾਰੀ ਦੌਰਾਨ ਪ੍ਰਸ਼ਾਸਨ ਨਾਲ ਕੋਈ ਮੀਟਿੰਗ ਕੀਤੀ। ਇਸ ਮੌਕੇ ਨੌਜਵਾਨਾਂ ਨੇ ਨੈਤਿਕਤਾ ਦੇ ਆਧਾਰ ਤੇ ਸਨੀ ਦਿਓਲ ਕੋਲੋਂ ਅਸਤੀਫੇ ਦੀ ਮੰਗ ਕੀਤੀ ਹੈ। ਪਿਛਲੇ 2.5 ਸਾਲ ਤੋਂ ਜਿਹੜਾ ਇਲੈਕਸ਼ਨ 2019 ਦੀ ਗਈ ਸੀਗੀ, ਸਾਡੇ ਗੁਰਦਾਸਪੁਰ ਦੇ ਲੋਕਾਂ ਨੇ ਬੜੇ ਚਾਅ ਅਤੇ ਉਮੀਦਾਂ ਦੇ ਨਾਲ ਇੱਕ ਸੈਲੀਬ੍ਰਿਟੀ ਨੂੰ ਬੜਾ ਜਿਤਾ ਕੇ ਭੇਜਿਆ ਸੀਗਾ। ਇਸ ਉਮੀਦਾਂ ਦੇ ਨਾਲ ਕਿ ਚਲੋ ਸਾਡੇ ਗੁਰਦਾਸਪੁਰ ਦਾ ਜਿਹੜਾ ਇੰਡਸਟਰੀਅਲ ਇਸ਼ੂ ਆ ਜਾਂ ਰੁਜ਼ਗਾਰੀ ਦਾ ਇਸ਼ੂ ਆ ਜਾਂ ਹੋਰ ਕਈ ਜਿਹੜੀ ਸਮੱਸਿਆਵਾਂ ਨੇ ਉਹ ਜਿਹੜੇ ਹੱਲ ਹੋਣਗੇ। ਪਰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ 2.5 ਸਾਲ ਦਾ ਸਮਾਂ ਗੁਜ਼ਰ ਗਿਆ ਪਰ ਅੱਜ 2021 ਹੋ ਗਿਆ ਅਤੇ ਉਹਨਾਂ ਨੇ ਇੱਕ ਵਾਰ ਵੀ ਜ਼ਰੂਰੀ ਨਹੀਂ ਸਮਝਿਆ ਕਿ ਗੁਰਦਾਸਪੁਰ ਦੇ ਵਿੱਚ ਆਣ ਕੇ ਆਮ ਲੋਕ ਅਤੇ ਗਰੀਬ ਲੋਕਾਂ ਦੀ ਸਾਰ ਲਈ ਜਾਵੇ। ਆ ਜਿਵੇਂ ਪਿੱਛੇ ਹੁਣ ਕਰੋਨਾ ਦੌਰ ਵੀ ਲੰਘ ਕੇ ਗਿਆ, ਜਦੋਂ ਸ਼ੁਰੂਆਤੀ ਦਿਨ ਸੀਗੇ ਕਰੋਨਾ ਦੇ ਲੋਕਾਂ ਨੂੰ ਵੈਂਟੀਲੇਟਰ ਦੀ ਜ਼ਰੂਰਤ ਸੀਗੀ, ਲੋਕਾਂ ਰਾਸ਼ਨ ਤੋਂ ਵਾਂਝੇ ਹੋ ਗਏ, ਲੋਕਾਂ ਦੇ ਕੰਮ ਕਾਹੇ ਠੱਪ ਹੋ ਗਏ, ਲੋਕ ਰੁਜ਼ਗਾਰ ਤੋਂ ਵਾਂਝੇ ਹੋ ਗਏ ਕਿ ਇੱਥੇ ਜ਼ਰੂਰੀ ਨਹੀਂ ਸੀ ਉਹਨਾਂ ਦਾ ਇੱਥੇ ਆਣ ਕੇ ਆਪਣਾ ਦਖਲ ਦੇਣਾ ਔਰ ਆਮ ਲੋਕਾਂ ਦੀ ਇੱਥੇ ਜਿਹੜੀ ਆਣ ਕੇ ਉਹ ਗੱਲ ਸੁਣਨੀ। ਪਰ ਗਾਂਹ 2.5 ਸਾਲ ਦਾ ਸਮਾਂ ਰਹਿ ਗਿਆ, ਮੈਂ ਤਾਂ ਇਹ ਕਹੂੰਗਾ ਵੀ ਜਿਹੜੇ 2.5 ਸਾਲ ਦੇ ਸਮੇਂ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਚੱਲਦਾ ਰਿਹਾ, ਜੇ ਵੀ ਉਹਨਾਂ ਨੇ ਜ਼ਰੂਰੀ ਨਾ ਸਮਝਿਆ ਤਾਂ ਮੈਂ ਕਹੂੰਗਾ ਵੀ ਉਹਨਾਂ ਨੂੰ ਨੈਤਿਕਤਾ ਦੇ ਆਧਾਰ 'ਤੇ ਆਪਣਾ ਅਸਤੀਫਾ ਜਿਹੜਾ ਵਾ ਉਹ ਦੇ ਦੇਣਾ ਚਾਹੀਦਾ ਵਾ। ਕਿਉਂਕਿ ਸਾਡੇ ਹੁਣ ਜਿੱਦਾਂ ਕਿਸਾਨੀ ਜਿਹੜਾ ਅੰਦੋਲਨ ਗਿਆ ਵਾ, ਪੰਜਾਬ ਦਾ ਪੁੱਤਰ ਜਿਹੜਾ ਉਹ ਅਖਵਾਉਂਦੇ ਸੀਗੇ, ਸਾਡੇ ਪੰਜਾਬ ਦੇ ਲੋਕਾਂ ਨੇ ਗੁਰਦਾਸਪੁਰ ਦੇ ਲੋਕਾਂ ਨੇ ਬੜੇ ਪਿਆਰ ਨਾਲ ਉਹਨੂੰ ਨਾਮ ਦਿੱਤਾ ਸੀ ਪੰਜਾਬ ਦਾ ਪੁੱਤਰ। ਦੱਸ ਦਿਓ ਅੱਜ ਵੀ ਜਿਹੜਾ ਪੰਜਾਬ ਦਾ ਪੁੱਤਰ ਕਿਸੇ ਕਿਸਾਨੀ ਨਾਲ ਜੁੜਿਆ ਹੋਵੇ ਜਾਂ ਕਿਸੇ ਆਮ ਲੋਕਾਂ ਦੇ ਦੁੱਖ ਸੁਖਲਿਕਤਾਂ ਦੇ ਵਿੱਚ ਸ਼ਾਮਿਲ ਹੋਵੇ। ਸੋ ਇਸੇ ਤਰ੍ਹਾਂ ਗੁਰਦਾਸਪੁਰ ਵਾਸੀਆਂ ਦੇ ਵਿੱਚ ਬੜਾ ਭਾਰੀ ਰੋਸ ਹੈ ਇਸ ਚੀਜ਼ ਨੂੰ ਲੈ ਕੇ। ਅਸੀਂ ਤਾਂ ਉਹਨਾਂ ਦੇ ਵੱਲੋਂ ਅੱਗੇ ਅਗਵਾਈ ਕੀਤੀ, ਅੱਗੇ ਹੋ ਕੇ ਉਹਨਾਂ ਦਾ ਰੋਸ ਪ੍ਰਦਰਸ਼ਨ ਕੀਤਾ। ਜੇ ਇਸੇ ਤਰ੍ਹਾਂ ਚੱਲਦਾ ਰਿਹਾ ਜੇ ਉਹ ਗੁਰਦਾਸਪੁਰ 'ਚ ਆਏ ਤਾਂ ਅਸੀਂ ਉਹਨਾਂ ਦਾ ਕਿਸੇ ਵੀ ਇੱਥੇ ਕੋਈ ਪ੍ਰੋਗਰਾਮ ਹੋਇਆ ਉੱਥੇ ਵੀ ਜਾ ਕੇ ਅਸੀਂ ਉਹਨਾਂ ਦਾ ਜਿਹੜਾ ਉਹ ਵਿਰੋਧ ਕਰਾਂਗੇ। ਕਿ ਅੱਜ ਅਸੀਂ ਆਪਣੇ ਗੁਰਦਾਸਪੁਰ ਦੇ ਐਮਪੀ ਨੂੰ ਲੱਭਦੇ ਪਏ ਹਾਂ ਸੜਕਾਂ ਦੇ ਉੱਪਰ ਘੁੰਮ ਘੁੰਮ ਕੇ, ਕਿਉਂਕਿ ਅਸੀਂ ਇਹਨਾਂ ਸੜਕਾਂ ਦੇ ਉੱਤੇ ਉਹਨਾਂ ਵਾਸਤੇ ਵੋਟਾਂ ਮੰਗੀਆਂ ਸੀ। ਔਰ ਜਿਹੜਾ ਬੀਜੇਪੀ ਦਾਅਵਾ ਕਰਦਾ ਸੀ ਵੀ ਇਹ ਸੰਨੀ ਦਿਓਲ ਨੂੰ ਤੁਸੀਂ ਐਮਪੀ ਬਣਾਓ ਅਤੇ ਇੱਥੇ ਅਸੀਂ ਗੁਰਦਾਸਪੁਰ ਦੀ ਡਿਵੈਲਪਮੈਂਟ ਕਰਾਵਾਂਗੇ, ਔਰ ਆਪਣੇ ਆਪ ਨੂੰ ਪੰਜਾਬ ਦਾ ਪੁੱਤਰ ਕਹਿਣ ਵਾਲਾ ਸੰਨੀ ਦਿਓਲ ਅੱਜ ਅਸੀਂ ਕਹਿ ਸਕਦੇ ਹਾਂ ਕਿ ਪੰਜਾਬ ਦੇ ਨਾਲ ਗਦਾਰੀ ਕਰ ਚੁੱਕਿਆ। ਜੋ ਉਹਦੇ ਪੁੱਤਰ ਹੋਣ ਦੇ ਫਰਜ਼ ਬਣਦੇ ਸੀ ਉਹ ਤਾਂ ਆਪਣੇ ਗੁਰਦਾਸਪੁਰ ਦੇ ਲੋਕਾਂ ਦੇ ਨਾਲ ਵੀ ਨਹੀਂ ਨਿਭਾ ਸਕਿਆ। ਔਰ ਅੱਜ ਅਸੀਂ ਉਸੇ ਤਰ੍ਹਾਂ ਹੀ ਜਿਸ ਤਰ੍ਹਾਂ ਕੰਪੇਨਿੰਗ ਕੀਤੀ ਉੱਦਾਂ ਹੀ ਸੜਕਾਂ ਦੇ ਉੱਤੇ ਘੁੰਮ ਕੇ ਜਿਹੜਾ ਯੂਥ ਉਹਦੇ ਵਾਸਤੇ ਵੋਟਾਂ ਮੰਗਦਾ ਸੀ ਅੱਜ ਉਸਦੀ ਗੁੰਮਸ਼ੁਦੀ ਦੇ ਪੋਸਟਰ ਘਰ ਘਰ ਲਗਾ ਰਹੇ ਹਾਂ। ਜਿੱਥੇ ਉਹਨਾਂ ਚੌਂਕਾਂ ਦੇ ਵਿੱਚ ਕਿਤੇ ਉਹਨਾਂ ਦੇ ਵਾਸਤੇ ਮੀਟਿੰਗਾਂ ਹੋਈਆਂ ਸੀ ਉਹਨਾਂ ਚੌਂਕਾਂ ਦੇ ਵਿੱਚ ਹੀ ਉਹਨਾਂ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੇ ਹਾਂ ਵੀ ਸ਼ਾਇਦ ਕਿਸੇ ਨਾ ਕਿਸੇ ਨੁੱਕਰ ਦੇ ਵਿੱਚ ਗੁਰਦਾਸਪੁਰ ਦੀ ਸੰਨੀ ਦਿਓਲ ਲੋਕ ਕੇ ਬੈਠਾ ਹੋਵੇ ਅਤੇ ਸਾਡੇ ਨਾਲ ਚੱਲ ਕੇ ਆਪਣੀ ਹਲਕੇ ਦਾ ਲੋਕਾਂ ਦਾ ਹਾਲ ਪੁੱਛੇ ਔਰ ਸ਼ਾਇਦ ਲੋਕਾਂ ਨੂੰ ਕੁਝ ਰਾਹਤ ਮਿਲ ਸਕੇ। ਭਾਰਤ ਵਿੱਚ ਪਹਿਲੀ ਵਾਰ ਸ਼ੁੱਧ ਜਲ ਲੰਗਰ ਸੇਵਾ ਸ਼ੁਰੂ। ਪਿਓਰ ਵਾਟਰ ਹੈਲਥੀ ਲਾਈਫ ਐਨਜੀਓ ਆਸਟ੍ਰੇਲੀਆ ਵੱਲੋਂ ਭਾਰਤ ਦੇ ਪਿੰਡਾਂ ਵਿੱਚ ਹਰ ਵਰਗ ਨੂੰ ਪੀਣ ਵਾਲਾ ਸ਼ੁੱਧ ਪਾਣੀ ਮੁਹੱਈਆ ਕਰਵਾਉਣ ਦੀ ਮੁਹਿੰਮ। ਪੰਜਾਬ ਦੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਪਰੋਂ ਵਜਾਰਾ ਰਾਣੂਆ ਤੋਂ ਸ਼ੁਰੂ। ਐਨਆਰਆਈ ਤੇ ਦਾਨੀ ਸੱਜਣਾਂ ਨੂੰ ਅਪੀਲ ਕਿ ਆਓ ਦੇਸ਼ ਵਾਸੀਆਂ ਨੂੰ ਪੀਣ ਵਾਲੇ ਪਾਣੀ ਤੋਂ ਲੱਗਣ ਵਾਲੀਆਂ 80% ਬਿਮਾਰੀਆਂ ਜਿਵੇਂ ਟਾਈਫਾਈਡ, ਪੇਟ ਗੈਸ, ਪੀਲੀਆ, ਜੋੜਾਂ ਦਾ ਦਰਦ, ਕਬਜ, ਬੁਖਾਰ ਤੇ ਕੈਂਸਰ ਤੋਂ ਬਚਾਈਏ। ਸਲਾਹ ਤੇ ਸਹਿਯੋਗ ਕਰਨ ਲਈ ਸੰਪਰਕ ਨੰਬਰ ਪਰਮਜੀਤ ਸਿੰਘ ਰਾਣਾ ਪੰਜਾਬ 70098070 83 ਅਤੇ ਰਘੁਵੀਰ ਸਿੰਘ ਆਸਟ੍ਰੇਲੀਆ 042 67 59 463।